ਹਾਂ ਜੀ ਮਿੱਤਰੋ, ਜੜੀ ਬੂਟੀ ਰਸਾਇਣ ਸਿੰਘ ਵਿੱਚ ਸਵਾਗਤ ਹੈ ਜੀ। ਜਿਹੜੀ ਜਾਣਕਾਰੀ ਹੈ ਮਿੱਤਰੋ, ਅੱਜ ਇਹ ਨਿਸ਼ਾਦਰ ਦੇ ਹਵਾਲੇ ਤੋਂ ਜਾਣਕਾਰੀ ਹੈ ਜੀ। ਇਹ ਨਿਸ਼ਾਦਰ ਹੈ ਅੱਧਾ ਕਿਲੋ, ਠੀਕ ਹੋ ਗਿਆ ਜੀ, ਇਹ ਅੱਧਾ ਕਿਲੋ ਨਿਸ਼ਾਦਰ ਹੈ ਅਤੇ ਇਹ ਨੇ ਜੀ ਪੱਤੇ ਆਪਣੇ, ਦੇਖ ਲਓ, ਦੇਖ ਕੇ ਸਮਝ ਆਏਗੀ ਹੋਣੀਆਂ ਮਹਾਰਾਜ। ਇਹ ਪੱਤੇ ਕੁਤਰੇ ਨੇ ਬਰੀਕ, ਟੋਕਾ ਕੀਤਾ ਟੋਕਾ ਕਰਨੇ ਵਾਲੀ ਮਸ਼ੀਨ ਦੇ ਨਾਲ, ਇਹ ਅੱਧੇ ਮਟਕੇ 'ਚ ਪਾਏ ਨੇ, ਠੀਕ ਹੈ ਜੀ, ਇਹ ਅੱਧੇ ਮਟਕੇ 'ਚ ਪਾਏ ਨੇ। ਟੋਟਲ ਪੱਤੇ 5-6 ਕਿਲੋ ਲੈਣੇ ਨੇ। ਇਹ ਜਿਹੜਾ ਮਟਕਾ ਇਹ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਜਿਹੜਾ ਨਿਸ਼ਾਦਰ ਉਹ ਬਣਾਉਣਾ ਆਪਾਂ ਨੇ, ਠੀਕ ਹੈ ਜੀ। ਇਹ ਜਿਵੇਂ ਟੁਕੜੀ ਹੈ ਨਿਸ਼ਾਦਰ ਦੀ, ਐਂ ਵੀ ਚਿਣ ਦੇਣੀਆਂ ਨੇ ਇਸ ਤਰੀਕੇ ਦੇ ਨਾਲ, ਜਮਾਨੇ ਭਰ ਕੇ ਬਣਾ ਤਾ ਹੈ ਤੂੰ ਸਾਰੇ ਵਿਗੜੇ ਕਾਮ। ਇਹ ਪਹਿਲੇ ਬਣਾਇਆ ਤਾਂ ਨਿਸ਼ਾਦਰ ਇਹ ਮਹਾਤਮਾ ਲੈ ਗਿਆ ਜੀ, ਇੱਕ ਆਇਆ ਸੀ ਮਿਲਣ, ਕਹਿੰਦਾ ਵੀ ਸੰਡ ਨਿਸ਼ਾਦਰ ਚਾਹੀਦਾ ਹੈ ਕਿ ਫਿਰ ਇਹ ਜੋ ਹੈ ਜੀ ਨਿਸ਼ਾਦਰ ਸੰਡ ਹੋਗਾ, ਇਸਮੇ ਇਸ ਤਰੀਕੇ ਸੇ ਇਹ ਲਗਾ ਦੇਣੇ ਹੈ ਜੀ, ਇਸਮੇ ਤਰੀਕੇ ਦੇ ਨਾਲ ਨਿਸ਼ਾਦਰ ਰੱਖ ਦੇਣੇ ਨੇ ਜੀ ਇਹਦੇ ਵਿੱਚ ਟੁਕੜੀਆਂ, ਬਸ ਇਸ ਤਰੀਕੇ ਨਾਲ, ਠੀਕ ਹੋ ਗਿਆ ਜੀ, ਦੇਖ ਲੈ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਫਿਰ ਇਹ ਵਾਲੇ ਜਿਹੜੇ ਪੱਤੇ ਕੁਤਰੇ ਨੇ ਨੇ ਸਫਾਇਦੇ ਦੇ, ਇਹ ਭਰ ਦੇਣੇ ਨੇ ਮਿੱਤਰੋ। ਕਈ ਲੋਕ ਕਹਿੰਦੇ ਨੇ ਵੀ ਲਾਈਵ ਨਹੀਂ ਦਿਖਾਉਂਦਾ ਵੀਡੀਓ ਜੀ, ਆਪਾਂ ਨੇ ਕਿਹੜਾ ਠੇਕਾ ਲੈ ਰੱਖਿਆ ਦੁਨੀਆ ਦਾ ਕਿ ਸਾਰੇ ਪ੍ਰਯੋਗ ਆਪਾਂ ਲਾਈਵ ਕਰਕੇ ਦੱਸੀਏ। ਇਹਦਾ ਸਮਝਦਾਰਾਂ ਵਾਸਤੇ ਥੋੜ੍ਹਾ ਇਸ਼ਾਰਾ ਹੁੰਦਾ ਜੀ, ਉੱਲੀ ਪੁੱਲੀ ਵਾਸਤੇ ਨਹੀਂ ਹਮਾਰੀ ਵੀਡੀਓ ਹੋਤੀ, ਇਹ ਸਮਝਦਾਰੋ ਲੋਗੋਂ ਕੇ ਲੀਏ ਵੀਡੀਓ ਹੋਤੀ ਹੈ। ਜਿਸਕੋ ਉਰਦੂ ਕਾ ਲਾਭ ਏ ਮਾਂ ਪਾ ਨਹੀਂ ਆਤਾ, ਵੋ ਉਰਦੂ ਕਿਆ ਖਾਕ ਸਿੱਖੇਗਾ ਜੀ, ਹੈ ਜੀ, ਉਹ ਉਰਦੂ ਨਹੀਂ ਬਾਈ ਸਿੱਖ ਸਕਦਾ, ਜਿਸਕੋ ਲਾ ਬੇ ਮਾਂ ਪਾ ਉਰਦੂ ਕਾ ਨਹੀਂ ਆਤਾ। ਜੋ ਸਮਾਂ ਗੁਜ਼ਾਰ ਚੁੱਕੇ ਹੈ ਕੀਮੀਆਂ ਕੀ ਲੈਣ ਮੇਂ, 5-7 ਸਾਲ ਹੋ ਗਏ ਹੈ, ਜਿਨਕੋ 10 ਸਾਲ ਹੋ ਗਏ ਹੈ, ਉਨਕੀ ਸਮਝ ਮੇਂ ਪੜਤੀ ਹੈ ਜੀ ਹਮਾਰੀ ਵੀਡੀਓ। ਹਰ ਇੱਕ ਆਦਮੀ ਕੇ ਖਾਨੇ ਮੇਂ ਜਾਂ ਕਹਿ ਲਓ ਜਾਂ ਭੇਜੇ ਮੇਂ ਕਹਿ ਲਓ, ਹਮਾਰਾ ਵੀਡੀਓ ਗੁਸਤਾ ਨਹੀਂ ਹੈ ਜੀ, ਠੀਕ ਹੈ ਜੀ। ਇਹ ਬਾਈ ਇਸਕੀ ਥੋੜ੍ਹੀ ਤਬਾਹੀ ਕਰਨੀ ਹੈ, ਇਸਮੇਂ ਦਬਾ ਦਬਾ ਕੇ ਭਰਨਾ ਇਸਕੋ ਇਸ ਤਰੀਕੇ ਸੇ, ਠੀਕ ਹੈ, ਫੁੱਲ ਟਾਈਟ ਕਰ ਦੇਣਾ ਹੈ ਜੀ ਪੱਤਾ, ਇਸਮੇਂ ਥੋੜ੍ਹੇ ਥੋੜ੍ਹੇ ਪੱਤੇ ਪਾਉਂਦੇ ਜਾਓ, ਤਰ੍ਹਾਂ ਦਬਾਉਂਦੇ ਜਾਓ ਅਤੇ ਇਹਨੂੰ ਫੁੱਲ ਇਸਮੇਂ ਪੱਤਾ ਦਬਾ ਕੇ ਇਸ ਸਫੈਦੇ ਕਾ ਤੋ ਇਸਕੋ ਕੱਪੜ ਮਿੱਟੀ ਕਰ ਦੇਣੀ ਹੈ ਜੀ ਇਸਕੇ ਮੁੱਖ ਕੋ। ਫਿਰ ਇਸਕੋ ਪਕਾਉਣਾ ਹੈ ਜੀ 36 ਘੰਟੇ ਪਕਾਉਣਾ ਹੈ ਮਹਾਰਾਜ, ਇੱਕ ਸਾਈਡ ਔਰ 36 ਘੰਟੇ ਦੂਸਰੀ ਸਾਈਡ ਪਕਾਉਣੀ ਹੈ ਜੀ ਇਸਕੀ। ਇਹਦੀ ਟੋਟਲ 72 ਘੰਟੇ ਇਸਕੋ ਪਕਾ ਲਓਗੇ ਤੋ
यहां से जो निषादर है वो संड निकलेगा जी। ठीक है जी, वो संड निकलेगा। उस संड निषादर को यदि कोई भाई चूना कर लेता है तो वो बताए जी हमें भी कि संड निषादर का चूना कैसे बनता है। जब ये संड निषादर का चूना बन जाता है तो फिर ये एक दाब बनती है, इसमें हर शय पकती है जी। एक रोही चीज कहते हैं जो उड़ने वाली चीजें होती हैं, फिर वो इसमें पकती है जी अपने संड निषादर के चूने में। बारकियां पका लें, मेंसल पका लें, सिंगर पका लें, संखिया पका लें, जो दिल में आए वो पका लें, वो पक जाता है जी इसमें। बस यही है जी, इसको बारीक चाहे पाउडर कर लें चाहे ऐसे छोटे छोटे टुकड़े कर लें इन पत्तों के। उसके बाद इसकी तबाही करनी है जी अच्छे से, फुल टाइट कर देना इसको। टाइट करके इसके ऊपर कपड़ मिट्टी करनी है, मुख पे कोई ढक्कन लगा के फिर इसको 36 घंटे पकाना है। एक साइड 36 घंटे, दूसरी साइड 36 घंटे। तरीके से पकाओगे तो ये निषादर संड कायम हो जाएगा जी। इसको जितने दिन मर्जी हवा में रखें जी, ये तेल नहीं होगा। हवा लगने से निषादर तेल होता है। जैसे आजकल की नमी वाला मौसम है तो ये इससे नमी वाले मौसम में भी तेल नहीं होता, इतना संड होता है जी। ये इसको लगाएंगे जी तो खड्डे में इसको आग लगा देंगे जी। ठीक है जी, पुपलों के चूरे चूरे करके देख लेंगे, 72 घंटे के हिसाब से इसकी सेटिंग बैठा लेंगे जी। मौसम भी थोड़ा खराब है, यदि देखें इस तरीके का हुआ है जी मौसम। ये है जी खड्डा हमारा, इसमें लगा देंगे यदि बारिश बूरश ना आई जी तो ये ठंड हो जाएगा जी। यदि बारिश बूरश होगी तो थोड़ा मुश्किल होगा जी काम। ठीक हो गया जी, आइए संड निषादर के हवाले से जानकारी थी। जिन भाइयों को समझ आती है जी वो कर लें, जिनको समझ नहीं आती वो समझने की कोशिश करें। यदि समझने के बाद भी समझ ना आए तो इसको छोड़ दें, कोई और रास्ता अपनाएं जी। ठीक है मित्रों, फिर कोई और रास्ता अपनाएं जी। ये बात समझ में आ गई है तो बड़ी बात है जी। हाँ जी, शुक्रिया महाराज, सत श्री अकाल, परमात्मा ਸਾਰਿਆਂ ਨੂੰ ਤੰਦਰੁਸਤੀ ਵਾਲਾ ਜੀਵਨ ਦੇ, ਸਲਾਮਤ ਰੱਖੇ ਔਰ ਚੜ੍ਹਦੀ ਕਲਾ ਚ ਰੱਖੇ ਜੀ। ਸਤਿ ਸ਼੍ਰੀ ਅਕਾਲ ਮਿੱਤਰੋ।